ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੇਰਾ ਰਿਆੜ ਵਲੋਗ ਚੈਨਲ 'ਤੇ। ਸੋ ਅੱਜ ਦਾ ਵਲੋਗ ਇਹ ਆ ਜੀ, ਆਪਣੇ ਘਰ ਆਏ ਆ ਭੂਈ ਹੁਣੀ ਜਲੰਧਰ ਵਾਲੇ, ਭੂਆ ਹੁਣੀ ਆਏ ਆ ਮਿਲਣ ਲੱਗੇ ਵਾਸਤੇ, ਅਤੇ ਰੌਣਕਾਂ ਲੱਗੀਆਂ ਪਈਆਂ ਵਾ। ਅਤੇ ਇੱਧਰ ਸਾਡੀ ਟੀਮ ਆਈ ਆ ਵੀਡੀਓ ਬਣਾਉਣ, ਅਤੇ ਟੀਮ ਖੇਡਣ ਡੇ ਆ, ਇੰਜੋਇਮੈਂਟ ਕਰਨ ਡੇ ਆ। ਹਾਂਜੀ ਇੱਧਰ ਸਾਡੇ ਭੂਆ ਹੁਣੀ ਬੈਠੇ ਆ, ਕੱਲ ਦੇ ਆਏ ਆ, ਰੌਣਕਾਂ ਲੱਗੀਆਂ ਪਈਆਂ ਵਾ। ਨਹੀਂ ਖਾਣ ਪੀਣ ਦਾ ਤੁਸੀਂ ਦੱਸਿਆ ਨਾ ਕਰੋ, ਪਤਾ ਲੱਗ ਹੀ ਜਾਂਦਾ। ਤੇ ਖਾਣ ਪੀਣ ਦੀ ਨੀ ਗੱਲ ਕੋਈ, ਉਹ ਤੁਹਾਨੂੰ ਪਤਾ ਹੀ ਆ। ਉਹ ਵੇਖੋ ਬੈਠੇ ਮਹਾਂਪੁਰਸ਼ ਬਦਲੀ ਹੋ ਗਈ ਆ ਯਾਰ, ਮੈਂ ਸਲਿਮ ਆ। ਤੇ ਕਿੱਥੇ ਚੱਲੇ ਜੀ ਹੁਣ? ਉੱਥੇ ਜਾਣਾ ਵਾ ਕੱਲ ਰਾਤ, ਸਾਡੇ ਕੋਲੇ ਤੇ ਅੱਜ ਰਾਤ ਭੂਆ ਦੀ ਬਿੱਕੀ ਹੋਣਾ ਮਿਲਣੀ ਹੈ। ਹਾਂ ਕੱਲ ਨੂੰ ਆ ਜਾਓ ਟਾਈਮ ਦੇ ਨਾਲ। ਹੋਰ ਹੋਰ ਕੱਲ ਫੇਰ ਆ ਜਾਣਾ। ਕੱਲ ਇਦਾਂ ਕਰਿਓ ਨਾ, ਜੇ ਮੰਨ ਲਓ ਇਹ ਨਾ ਤੁਹਾਨੂੰ ਛੱਡਣ ਆਉਣਗੇ ਟਾਈਮ ਨਾਲ, ਨਾ ਤੁਸੀਂ ਮੈਨੂੰ ਫੋਨ ਕਰ ਦਿਓ, ਤੇ ਮੈਂ ਤੁਹਾਨੂੰ ਲੈ ਆਉਂਗਾ ਟਾਈਮ ਨਾਲ। ਨਹੀਂ ਕੇਲੇ ਇਹਨਾਂ ਨੂੰ ਟਾਈਮ ਨਹੀਂ ਹੁੰਦਾ ਨਾ, ਤੇ ਫਿਰ ਮੈਂ ਤੁਹਾਨੂੰ ਲੈ ਆਉਂਗਾ ਟਾਈਮ ਨਾਲ। ਚੰਗਾ, ਹਾਂ ਪਹਿਲੀ ਗੱਲ ਤੁਹਾਡਾ ਉੱਥੇ ਜਾ ਕੇ ਜੀ ਨਹੀਂ ਲੱਗਣਾ, ਮੈਨੂੰ ਪਤਾ ਵਾ। ਹੈਂ ਚਲੋ ਉੱਥੇ ਫਿਰ ਤਾਂ ਬਥੇਰਾ ਸੌਖਣਾ ਪਰਿਵਾਰ ਲੱਗ ਜਾਣਾ ਵਾ, ਪਰ ਪੇਕੇ ਪੇਕੇ ਹੁੰਦੇ ਹੁਣ, ਇਹਨੇ ਜਾਣਾ ਨਾ ਆਪਣੇ ਪੇਕੇ ਕੱਲ ਪਰਸੋਂ ਨੂੰ, ਤਾਂ ਕਹਿੰਦੀ ਪੇਕੇ ਪੇਕੇ ਹੁੰਦੇ ਆ। ਆਪਾਂ ਕੰਮ ਕਰਦੇ ਆ ਮਹਾਰਾਜ ਦੀ ਕਿਰਪਾ ਨਾਲ, ਬਹੁਤ ਮੁਬਾਰਕਾਂ ਦਿੱਤੀਆਂ, ਬੜੇ ਖੁਸ਼ ਹੋਏ ਆ। ਆਪਾਂ ਲੈਂਟਰ ਤੇ ਪਹੁੰਚ ਗਈਆਂ ਵਾ, ਤੇ ਲੈਂਟਰ ਸੁੱਕਣਾ ਬਸ ਆ, ਰੱਖੜੀ ਤੋਂ ਬਾਅਦ ਪੈ ਹੀ ਜਾਣਾ ਹਨਾ। ਆਪਾਂ ਉਹਨਾਂ ਨੇ ਡਿਸਕਸ ਕੀਤੀ ਆ ਕਿ ਰੱਖੜੀ ਤੋਂ ਬਾਅਦ ਲੈਂਟਰ ਪਾਣਾ। ਹਾਂ ਆਹੋ ਹੋਰ ਕੋਈ ਨਵੀਂ ਤਾਜੀ? ਬਸ ਵਧੀਆ, ਠੀਕ ਠਾਕ ਚੱਲੇ। ਹੁਣ ਬਸ ਤਿਆਰੀ ਕਰਨ ਦੇ, ਸਿਰ ਸੁਰਵਾਈਏ ਤੇ ਨਾਨੀ ਮਾਮਾ ਕੋ ਲਓ ਜੀ। ਇੱਧਰ ਸਾਡੇ ਸਟਾਰ ਵੀ ਮਹਾਨ ਸਟਾਰ ਜਿਹੜੇ ਸਾਡੇ ਪਹੁੰਚ ਚੁੱਕੇ ਆ, ਬੈਠੋ ਆ ਜਾਓ। ਮੈਂ ਇਹ ਨੀ ਕਿਹਾ ਵੀ ਇੱਥੇ ਬੈਠ ਤੇ ਖੜਾ ਜਾ ਕੇ, ਮੈਂ ਕਿਹਾ ਵੀ ਇੱਥੇ ਬੈਠੋ ਆ ਜਾਓ। ਮੇਰੀ ਗੱਲ ਸੁਣੋ, ਤੁਸੀਂ ਵੀ ਉਹ ਗੱਲ ਕਰਤੀ, ਮੈਂ ਤਾਂ ਕਹਿਣਾ ਵੀ ਲਾਗੇ ਬਹਿ, ਏਦਾਂ ਮੈਂ ਕਿਹਾ ਵਾ। ਯਾਰ ਤੁਹਾਡੀ ਮਰਜ਼ੀ, ਹੁਣ ਮੈਂ ਤਾਂ ਤੈਨੂੰ ਆਫਰ ਕਰਤੀ ਆ ਵੀ ਲਾਗੇ ਬਹਿ ਜਾ। ਹੋਰ ਸੇਠਾ ਕੀ ਹਾਲ ਚਾਲ? ਫਿਰ ਠੀਕ ਠਾਕ ਆ, ਕੰਮ ਕਾਰ ਵਧੀਆ ਚੱਲਦਾ, ਸੈਟ ਆ?
ਅੱਛਾ ਅੱਛਾ ਨਿੱਕੇ ਹੁੰਦੇ ਆਪਾਂ ਇਕੱਠੇ ਰਹਿੰਦੇ ਰਹੇ, ਇਕੱਠੇ ਸੌਂਦੇ ਰਹੇ, ਇਕੱਠੇ ਆਪਾਂ ਰੋਟੀ ਖਾਣੀ, ਲੜਨਾ ਵੀ ਬੜਾ ਅਸੀਂ ਤੇ ਇੱਕੋ ਸਾਡੇ ਘਰ ਜਾਈ ਹੁੰਦੀ ਸਿਆਲ ਸੀ, ਪਾੜ ਦਿੰਦੇ ਨੇ ਦੋਵੇਂ ਜਾਣੇ ਅਜੇ ਵੀ ਕੀ ਲੜ ਪਏ ਪਰ ਹੁਣ ਹੈ ਅੱਜ ਮੈਂ ਢਾਲ ਲੱਗਾ ਇਹਨੂੰ ਪਰ ਮੈਂ ਛੱਡ ਪਰ ਕੀ ਢਾਉਣਾ ਇਹ ਮੁੰਡਾ ਸਮਝਦਾਰ ਹੋ ਗਿਆ ਆਪਣੀਆਂ ਇਕੱਠੀਆਂ ਆਉਣੀਆਂ ਹੈ ਆਪਣੀਆਂ ਇਕੱਠੀਆਂ ਆਉਣੀਆਂ ਚੱਲਦੀਆਂ ਹੈਨਾ ਨਾ ਨਹੀਂ ਵੀ ਵਿੱਕੀ ਨਾਲ ਤੇ ਮੈਂ ਜਿੱਦਾਂ ਆਪਣਾ ਭੂਆ ਵਾਲਾ ਪਿਆਰ ਵਿੱਕੀ ਦਾ ਤੇ ਮੇਰੇ ਨਾਲ ਇੱਦਾਂ ਦਿਲੋਂ ਪਿਆਰ ਆ ਆਪਣਾ ਨਾ ਵਿੱਕੀ ਆਪਣੀ ਕੋਈ ਗੱਲ ਮੋੜਦਾ ਵਾ ਨਾ ਵਿੱਕੀ ਦੀ ਮੈਂ ਕਦੀ ਗੱਲ ਮੋੜੀ ਆ ਉਹ ਜਿਹੜੀ ਮੈਂ ਵੀਡੀਓ ਬਣਾਈ ਨਾ ਗੋਲ ਗੱਪਿਆਂ ਵਾਲੀ ਉਹ ਇੰਸਟਾਗ੍ਰਾਮ ਤੇ ਰੀਲ ਪਾਈ ਸੀ ਉਹ ਕਹਿੰਦੇ ਵਿੱਕੀ ਤੂੰ ਕਰਮਾ ਵਾਲਾ ਸ਼ੇਰਾ ਗੋਲ ਗੱਪਿਆਂ ਵਿੱਚ ਵਾਲਾ ਬਣ ਗਿਆ ਤੇਰੀ ਕਹਿਣ ਤੇ ਉਹ ਗੱਲ ਵੀ ਸਹੀ ਆ ਜੇ ਮੈਨੂੰ ਕੋਈ ਹੋਰ ਕਹਿੰਦਾ ਨਾ ਮੈਂ ਕਦੀ ਵੀ ਨੀ ਬਣਦਾ ਕਦੀ ਵੀ ਨੀ ਸੀਨ ਕਰਦਾ ਉਹ ਮੈਂ ਵਿੱਕੀ ਉਹ ਮੈਂ ਵਿੱਕੀ ਦਾ ਕਰਕੇ ਭਰਾ ਆਪਣੇ ਦਾ ਕਰਕੇ ਸੀਨ ਕੀਤਾ ਰੀਜ਼ਨ ਕਰਕੇ ਬੰਦ ਕਰਨੀ ਪਈ ਠੀਕ ਆ ਠੀਕ ਆ ਮੰਮੀ ਦਾ ਜੀ ਨੀ ਲੱਗਦਾ ਭਰਾ ਸਾਡੇ ਤੋਂ ਬਿਨਾਂ ਜੀ ਲੱਗਿਆ ਨੀ ਹੁਣ ਕਿੱਦਾਂ ਕਿੰਨੇ ਸਾਲ ਹੋ ਚੱਲੇ ਚਲੋ ਆਪਾਂ ਅੱਗੇ ਵੀ ਇਕੱਠੇ ਹੀ ਰਹੀਦਾ ਸੀ ਹੁਣ ਮੈਂ ਨਾਲ ਜੁੜੀ ਆ ਫਿਰ ਮੈਂ ਕਿੱਦਾਂ ਪਿੱਛੇ ਹੈਗਾ ਤੇ ਉਦੋਂ ਸਾਰੇ ਕਮੈਂਟ ਵੀ ਇਹੋ ਕਰਦੇ ਆ ਭੂਆ ਨੇ ਸਾਲ ਨਹੀਂ ਛੱਡਿਆ ਵਿੱਕੀ ਨੂੰ ਦਾ ਗੱਲ ਏਦਾਂ ਹੋਣਾ ਸਾਲ ਤੇ ਅਸੀਂ ਵੀ ਨੀ ਛੱਡਿਆ ਨਾ ਹੀ ਛੱਡਣਾ ਹੀ ਆ ਤੇ ਕਈ ਵਿੱਚ ਨੈਗੇਟਿਵ ਲੈ ਲੈਂਦੇ ਜਦੋਂ ਨਾ ਆਪਾਂ ਵੀਡੀਓ ਚਾਹੀਏ ਨੈਗੇਟਿਵ ਡਿਆ ਹੁੰਦਾ ਕਮੈਂਟ ਕਰਨ ਕਿ ਤੁਸੀਂ ਸੀਨ ਦੇ ਹਿਸਾਬ ਨਾਲ ਹਾਂ ਉਹ ਹੀ ਨਾ ਕਈ ਵਾਰ ਦਸ ਦਸ ਦਿਨ ਹੀ ਵੀਡੀਓ ਚਾਹੀਦਾ ਸੀਨ ਦੇ ਹਿਸਾਬ ਨਾਲ ਗੱਲ ਹੁੰਦੀ ਆ ਤੇ ਪਿਓ ਫਿਰ ਮੁੰਡੇ ਨੂੰ ਚਾਹ ਪਾਣੀ ਚੱਲ ਪਏ ਪ੍ਰਾਹੁਣੇ ਸਾਡੇ ਪ੍ਰਾਹੁਣੇ ਲੈ ਚੱਲਿਆ ਸਵੇਰੇ ਟਾਈਮ ਨਾਲ ਸਾਡੀ ਜਾਵੀ ਭਰਾ ਮੈਂ ਅੱਗੇ ਕਹਿਣਾ ਮੈਨੂੰ ਫੋਨ ਕਰ ਦਿਓ ਮੈਂ ਸਵੇਰੇ ਸਵੇਰੇ ਆਜੂ ਤੜਕੇ ਤੜਕੇ ਹਾਂ ਲਓ ਜੀ ਪ੍ਰਾਹੁਣੇ ਸਾਡੇ ਚੱਲੇ ਹੁਣ ਜੀਣ ਲੱਗਣਾ ਹੁਣ ਅਰੇ ਪ੍ਰਾਹੁਣੇ ਚੱਲ ਚੱਲੇ ਜੀ ਪੁੱਤ ਬੁੱਗੋ ਪ੍ਰਾਹੁਣੇ ਚੱਲ ਚੱਲੇ ਜੀ ਹੁਣ ਅਰੇ ਕਿਆ ਭੂਆ ਜਾ ਕਹਿ ਦੇ ਆਹੋ ਰੇਤਾ ਲੈ ਆਉਂਦੇ ਸਵੇਰੇ ਬਾਏ ਬਾਏ ਕੀ ਕਰਨ ਡੀ ਆ ਹੈ ਪੱਕ ਗਿਆ ਪੱਕਿਆ ਹੋਵੇ ਪੱਕਿਆ ਪਿਆ ਸਹੀ ਗੱਲ ਮੰਮੀ ਆਵੇ ਵੇਲਾ ਉੱਤੇ ਤੋੜੇ ਨੀ ਨਾ ਤਾਂ ਕਰਕੇ ਪੱਕ ਗਏ ਹਨਾ ਨਹੀਂ ਉਹ ਤਾਂ ਦੱਬੇ ਆ ਪਰ ਆਵੇ ਤੂੰ ਅੰਬ ਭੋਲਾ ਵਾ ਆਵੇ ਆਵੇ ਸਹੀ ਆ ਖਾ ਕੇ ਵੇਖਲਾ ਸਾਰੇ ਤੋੜ ਕੇ ਨਾ
ਚਲੋ ਠੀਕ ਹੈ। ਕੱਲ ਨੀ ਨੱਪੇ ਵਾਪ ਦੇਣਾ ਨੱਪੇ ਨਾ ਆ ਤੇ ਕੱਚੇ ਆ ਹੈ ਉਹ ਪੱਕਾ ਸੀ ਹੈਨਾ ਲਿਓ ਕੋਈ ਨੀ ਕਰਨੇ ਚਵਾ ਅੱਧੀ ਕਦੀ ਬਣੀ ਸਾਰੀ ਬਣੀ ਆ ਦੋ ਮਿੰਟ ਦੇ ਸੀਨ ਰਹਿ ਗਏ ਸਾਰੇ ਲਓ ਜੀ ਇੱਥੇ ਆਪਾਂ ਕਰਦੇ ਹਾਂ ਵਲੋਗ ਦੀ ਸਮਾਪਤੀ ਮਿਲਦੇ ਹਾਂ ਆਪਾਂ ਨੈਕਸਟ ਵਲੋਗ ਤੱਕ ਲਈ ਸਤਿ ਸ਼੍ਰੀ ਅਕਾਲ।